अस्सलाम वालेकुम दोस्तों, तुम वेख रहे हो इतमाद टीवी ते मैं थोड़ा दोस्त मोहम्मद आसिफ। दोस्तों थोड़े वास्ते लैके आए माज खूबसूरत। दोस्तों माज वेखन तो पहले साढ़े चैनल में करो सबसक्राइब ते बैल आइकन बटन जरूर प्रेस करो ताकि साड़ी हर आमन वाली वीडियो थोड़े तक पहुँच सके। कैमरा मैन माज कहता फिर अपना मालिक ना गल करनी। बुलाओ भाई और अनुज। राणा जवेद दोस्तों तुहानू अगे एक मज उन्हां कोल खोती विखाई है। राणा जवेद 471 तहसील समुंदरी जिला फैसलाबाद उन्हां कोल मज खोती। राणा साहब उन्होंने उन्हां कोल मज खोती। दोस्तों राणा साहब ये कितने मज सूए जी? ये जी है दूसरे सूए। पक्की मेहनत होंगे सुरे नहीं सूसे जी ने खाना जानी कि सिंह सूंग है ना जी? ये जी वड्डी हो गई गब्बन होई है। मेरा ख्याल है जी मैंने दूसरे सूए नहीं महसूस होई ਇਹਨ ਤਾਂ ਤੀਸਰੇ ਸੂਬੇ ਜਿਸ ਆਮਤ ਨਾਲ ਦੂਸਰਾ ਸੂਬਾ ਨਹੀਂ ਲੱਗਦਾ ਫਿਰ ਸਹੀ ਜਿਹੜਾ ਹੈ ਪੱਕ ਦੂਸਰਾ ਹੈ ਜੀ। ਉਹ ਪਤਾ ਕੀ ਗੱਲ ਲੰਮਾ ਹੈ ਰਾਣਾ ਸਾਹਿਬ ਜਿਹੜਾ ਕੈਮਰਾਮੈਨ ਸਾਹਿਬ ਜਿਹੜੇ ਆ ਸਾਨੂੰ ਹੁੰਦੇ ਨਾ ਆ ਸਿੰਘਾਂ ਦੇ ਇਹ ਆਇਆ ਜਗ੍ਹਾ ਇੱਥੇ ਮਹਿਸੂਸ ਹੋ ਜਾਂਦੀਆਂ ਵੀ ਮੈਂ ਤੀਸਰੇ ਸੂਬੇ ਕਿ ਦੂਸਰੇ ਸੂਬੇ ਨਾਤੀ ਹੋਈ ਨਾ ਠੀਕ ਹੋ ਜਾਏਗੀ। ਉਹ ਤਾਂ ਜੀ ਤੁਹਾਡੀ ਗੱਲ ਸਹੀ ਲੇਕਿਨ ਮੈਂ ਮੈਨੂੰ ਤਾਂ ਤੀਸਰੇ ਸੂਬੇ ਮਹਿਸੂਸ ਹੋ ਰਿਹਾ ਜੋ ਮੇਰੀ ਗੱਲ ਸੁਣ ਇਹ ਨਾ ਪਤਾ ਕੀ ਵਜ੍ਹਾ ਮੈਂ ਵੱਡੀ ਹੋ ਕੇ ਦੱਬਣ ਹੋਈ ਝੋਟੀ ਵੱਡੀ ਦੂਸਰੇ ਸੂਬੇ। चलो ठीक है जी तुम कह रहे हो लेकिन मेहनत महसूस ही सिरे सुए हुई है नहीं दूसरा। अरे ये थले बच्चा की है जी? ये थले कटाई कट्टा जी। अच्छा तो कितना दिन की सुई हुई जी? इन चौथा दिन 13 किलो दूध। चौथा दिन? चौथा 13 किलो दूध दे रही 13 किलो दो मिनट टाइम आना मुकम्मल चोया जी 13 किलो। उन्होंने साइन ने गारंटी भी अगली माई पहले सुए 16-17 लीटर दी रही है। अच्छा
ਤੇ ਇਸ ਵੇਲੇ ਤੇ ਮੋੜ ਹੁਣ ਜ਼ਿਆਦਾ ਕਰਨਾ ਚਾਹੀਦਾ ਅੱਲਾ ਦੇ ਹੁਕਮ ਨਾਲ 8 ਦਿਨ ਸੂਈ ਹੋ ਗਈ ਨਾ ਹਾਂਜੀ 17-18 ਲੀਟਰ ਕਰ ਜੀ ਠੀਕ ਹੋ ਗਿਆ ਤੇ ਇਹਦਾ ਥੱਲੇ ਕੱਟਾ ਹੈ ਕੱਟਾ ਜੀ ਦੋਸਤੋ ਕੱਟਾ ਤੁਹਾਨੂੰ ਖੰਨੇ ਹੈ ਤੇ ਰਾਣਾ ਸਾਹਿਬ ਤੇ ਥਣਾ ਹੀ ਕੋ ਮਸਲਾ ਫਾਲ ਕੋਈ ਸਾਫ ਸੁਥਰੀ ਸਾਫ ਚਾਨਣ ਅੱਛਾ ਕੋਈ ਡਿਫੈਕਟ ਨਹੀਂ ਬਸ ਮਾ ਚੰਗਾ ਧਾਰ ਚੰਗੀ ਗਾੜੀ ਚੰਗੀ ਅੱਛਾ ਤੇ ਹੁਣ ਇਹਦਾ ਰੇਟ ਜਿਹੜਾ ਹੈ ਨਾ ਜਾਇਜ਼ ਮੰਗਿਆ ਪੱਕਾ ਪੱਕਾ 2,30,000 ਰੁਪਏ ਰਾਣਾ ਸਾਹਿਬ ਰੇਟ ਮੰਗਦੇ ਪਏ ਪਤਾ ਨਹੀਂ ਨਹੀਂ ਝੂਠੀ ਬਹੁਤ ਚੰਗੀ ਚੌਥਾ ਡੰਗ ਸੁਣੂ 13 ਗੜਵੀਆਂ ਦੁੱਧੀਆਂ ਅੱਛਾ ਪੱਕਾ ਦੁੱਧ 13 ਗੜਵੀਆਂ ਪੱਕਾ ਦੁੱਧ 13 ਮਿਹਣ ਕੇ ਵੀ ਲਵਰ ਰਵੀ ਮਿਹਣ ਕੇ ਵੀ ਪੱਕਾ ਅੱਛਾ ਚਲੋ ਠੀਕ ਹੈ ਜੀ ਰਾਣਾ ਸਾਹਿਬ ਹੋਰੀ ਗਰੰਟੀ ਦਿੰਦੇ ਪਿੰਡ 13 ਲੀਟਰ ਦੁੱਧ ਮੁਕੰਮਲ ਚੋਇਆ ਦੋਵਾਂ ਟਾਈਮਾਂ ਦਾ ਦੇ ਰਹੀ ਹੈ ਯਾਨੀ ਕਿ ਅਗਰ ਕੋਈ ਦੋਸਤ ਚੋਣਾ ਚਾਹਵੇ ਤਾਂ ਅਸੀਂ ਚੁਆ ਵੀ ਦਿਸਾ ਚੋ ਵੀ ਲੈ ਤੇ 4 ਦਿਨ ਦੀ ਸੂਈ ਹੋਈ ਹੈ ਥੱਲੇ ਕੱਟਾ ਇਸ ਕੱਟਾ ਵਿਖਾ ਦਈਏ ਕੱਟਾ ਵਿਖਾ ਦਈਏ ਕੱਟਾ ਆ ਹੁੰਦਾ ਹੈ ਵਿਖਾ ਕੱਟਾ ਵੀ ਆਉਂਦਾ ਹੈ ਜੀ ਕੱਟਾ ਇਹ ਨਾੜੂ ਆਈ ਟੁੱਟ ਗਿਆ ਠੀਕ ਹੈ ਜੀ ਇੱਥੇ ਕਰ ਲਵੋ ਅੱਛਾ ਰਾਣਾ ਸਾਹਿਬ ਹੁਣ ਇਹਦਾ ਤੁਹਾਨੂੰ ਰੇਟ ਮੰਗਿਆ ਹੈ ਨਾ ਜੀ ਇਹ ਮੈਨੂੰ ਘਣਾ ਮਲੂਮ ਹੋਇਆ ਜਦੋਂ ਮੈਂ ਥੱਲੇ ਬੈਠੇਗਾ ਤੂੰ ਕਹੂੰਗਾ ਰੇਟ ਹੋਰ ਕਰ ਅੱਛਾ ਹਾਂਜੀ ਮਾਜ ਬਹੁਤ ਚੰਗੀ ਹੁਣ ਉੱਤੇ ਖਲੋਤੇ ਹੁਣ ਅਸੀਂ ਆਨੇ ਥੋੜ੍ਹਾ ਜਿਹਾ ਗੱਠ ਕਰੋ ਗੱਠ ਤਾਂ ਇਹ ਆ ਵੀ ਅੱਲਾ ਮਾਫੀ ਦੇ ਕੋਈ 5 ਤਨ ਛੱਡ ਦਿੱਸਾਂ ਜੀ ਆਏ ਆਪਣੇ ਲੱਗਦੇ ਬੰਦਿਆਂ ਨੂੰ ਕੋਈ ਨਹੀਂ ਲਾਉਣਾ ਰਾਣਾ ਸਾਹਿਬ ਸਾਡਾ ਸਫ਼ਰ ਵੇਖੋ ਕਿਤਨਾ ਕਰਕੇ ਆਇਆ ਸਫ਼ਰ ਦੀ ਤਾੜੀਆਂ ਮੱਝਾਂ ਸੋਹਣੀਆਂ ਨੇ ਮਾਸ਼ਾਅੱਲਾ ਵੇਖੀਆਂ ਨੇ ਬਰ ਜਿਸ ਦਿਨ ਮੇਰੀ ਮਾਂ ਨੂੰ ਨਾ 15 ਦਿਨ ਹੋ ਗਏ ਸੂਈ ਨੂੰ ਹਾਂਜੀ ਦੁੱਧ 18 ਕਿਲੋ ਮਿਲ ਲਈ ਅੱਛਾ ਤੇ ਹੁਣ ਵਕਤੀ ਤਾਂ ਜਿਹੜਾ ਦੇ ਰਹੇ ਹਾਂ ਹਾਂਜੀ 13 ਕਿਲੋ ਚੌਥਾ ਡੰਗ ਸੂਈ ਨੂੰ ਰੇਟ ਥੋੜ੍ਹਾ ਜਿਹਾ ਪਿਆਰ ਮੁਹੱਬਤ ਵਾਲਾ ਕਰੋ ਨਾ ਰੇਟ ਲੋ ਮੈਨੂੰ ਥੋੜ੍ਹਾ ਜਿਹਾ ਦੋ ਮੁਹੱਬਤ ਜੀ ਵਾਲਾ ਮੰਗੋ ਨਾ ਵੀ ਦਿੱਤੇ ਆ ਸਾਡੇ ਦੋਸਤਾਂ ਨੂੰ ਪਸੰਦ ਹੀ ਆ ਜਾਵੇ ਪੱਕਾ ਪੱਕਾ ਵੀ 4 ਰੁਪਈਆ ਵੀ ਨਹੀਂ ਛੁੱਟਣਾ ਹਾਂਜੀ ਉਹ ਕਰੋ 2,23,000 ਜੀ ਇਹ ਰਾਣਾ ਸਾਹਿਬ ਜਿਹੜੇ ਰੇਟ ਕਰਦੇ ਨੇ ਅਕਸਰ ਉਹ 20-30-40 ਕਰਦੇ ਤੁਸੀਂ 23 ਵਾਲਾ ਦਵਾਂ ਅੱਜ ਰਿਵਾਜ਼ ਕੱਢਿਆ ਪਤਾ ਕੀ ਗੱਲ ਆਪਾਂ ਗੱਲ ਪੱਕੀ ਕਰੀ ਆ ਮੈਂ ਤੈਨੂੰ ਤੇ ਇਸ ਵਜ੍ਹਾ ਨਾਲ ਮੈਂ ਛੱਡ ਤਾ ਦੂੰਗਾ ਐਡੀ ਦੂਰ ਸਫ਼ਰ ਕਰਕੇ ਆਉਣਾ ਮੇਰੀ ਵਜ੍ਹਾ ਛੱਡ ਦੇ ਚਲੋ ਮੈਂ ਭਰਾ 20 ਕਰੋ ਚਾਹੋ ਉਹ ਤੇ ਮੈਂ ਰਾਏ ਦੇ ਰਿਹਾ ਤੁਸੀਂ ਚਲੋ ਬੰਦਾ 20 ਕਰਦਾ 15 ਕਰਦਾ ਤੁਸੀਂ ਚਲੋ ਕੋਈ ਨਹੀਂ ਕੋਈ 1,000-1,500 ਘੱਟ ਜਾਂਦਾ ਕੋਈ ਨਹੀਂ ਰੌਲਾ ਸੀ ਨਾ ਮਰਨ ਲੱਗੇ 1,000-1,500 ਨਾਲ ਫਾਲਤੂ ਗੱਲ ਹੀ ਨੀ ਕਰੀ ਪੱਕਾ ਪੀੜਾ ਮੁੱਲ ਮੰਗੀ ਦਾ ਤੇ ਦੇਣ ਲੈਣ ਵਾਲੀ ਗੱਲ ਤੇ ਆਪਣੀ ਮੱਝ ਵੀ ਠੀਕ ਜਿਹਦੇ ਨਾਲ 15 ਦਿਨ ਹੋ ਗਏ ਸੂਈ ਨਾ 17-18 ਲੀਟਰ ਦੁੱਧ ਮਿਲਣੀ ਚੋਟੀ ਥੱਲੇ ਲੇਕਿਨ ਹੁਣ ਜਿਹੜਾ ਨਾ ਤੁਸੀਂ ਫਾਈਨਲ ਰੇਟ ਇੱਕ ਕਰੋ ਨਾ ਵੀ ਇਸ ਤੋਂ ਘੱਟ ਨਹੀਂ ਦੇਣੀ ਇਹ ਮੰਗੋ ਬਸ 20-30 ਰੁਪਈਆ ਵੀ ਘੱਟ ਨਹੀਂ ਚਲੋ ਜੀ ਰਾਣਾ ਸਾਹਿਬ ਨਾਲ ਪਿਆਰ ਮੁਹੱਬਤ ਕਰਸਾ ਰਾਣਾ ਸਾਹਿਬ ਦਿਲ ਹੈ ਕਰਨ ਕਾਣ ਮਹਿਸੂਸ ਹੋ ਰਿਹਾ ਦੋਸਤੋ ਮੱਝ ਤੁਹਾਨੂੰ ਵਿਖਾਈ ਹੈ 4 ਦਿਨ ਦੀ ਕਨਫਰਮ ਸੂਈ ਹੋਈ ਹੈ ਕੱਟਾ ਦੱਸ ਰਿਹਾ ਜਿਸ ਤਰ੍ਹਾਂ ਕੱਟਾ ਵੇਖਿਆ ਨਾ ਨਾੜੂ ਹੁਣ ਸੱਟਿਆ ਇਸ ਤੇ ਦੰਦ ਹੀ ਨਹੀਂ ਕੱਢਿਆ ਲਈ ਕੱਟੇ ਨੇ ਜੀ ਤਕਰੀਬਨ 13 ਲੀਟਰ ਦੁੱਧ ਪੱਕਾ ਇਸ ਟਾਈਮ ਦੇ ਰਹੀ ਹੈ ਮੁਕੰਮਲ ਚੁਆਈ ਨਾਲ ਜੀ ਚੁਆਈ ਹਾਂਜੀ ਤੇ ਚੁਆਈ ਚੰਗੀ ਪਸਮਾ ਚੰਗਾ ਥਾਣ ਵੀ ਮਾਸ਼ਾਅੱਲਾ ਸੋਹਣਾ ਇਸ ਮੁੱਠੀ ਬਾਹਰ ਮਾਨਾ ਚੰਗਾ ਸੋਹਣਾ ਇਸ ਕੱਦ ਦਰਮਿਆਨਾ ਇਸ ਸਿੰਘ ਥੋੜ੍ਹੇ ਜੇ ਉੱਚੇ ਕਰਕੇ ਇਸ ਹੈਣ ਮੁੜੇ ਕੁੰਡੀ ਨੁਮਾ ਲੇਕਿਨ ਕਾਲੀਆਂ ਅੱਖੀ ਸੂੰ ਥੋੜ੍ਹਾ ਜਿਹਾ ਚਿੱਟਾ ਮੱਥਾ ਹੈ ਅਤੇ ਬਾਕੀ ਮਾਸ਼ਾਅੱਲਾ ਕੰਨੀ ਬਰੀਕ ਇਸ ਅਤੇ ਸੋਹਣੀ ਮਾਝੇ ਦੋਸਤੋ ਪਸੰਦ ਕਰੋ ਪਸੰਦ ਕਰਕੇ ਤੁਸੀਂ ਖਰੀਦ ਸਕਦੇ ਹੋ ਦੋਸਤੋ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਾਂਗੇ ਦੋਸਤੋ ਅਗਲੀ ਵੀਡੀਓ ਤੱਕ ਇਜਾਜ਼ਤ ਦਿਓ ਖੁਦਾ ਹਾਫਿਜ਼।